ਸਿਉਂ ਬਲਦੇਵ ਸਿਉਂ ਦੇ ਆ ਕੇ ਵੱਡਾ ਬੂਟਾ ਸਿਉਂ ਢਿੱਲਾਂ ਵਾਲੇ ਮੋੜਾਂ ਕੋਲ ਰਹਿੰਦਾ ਅਤੇ ਉਦੋਂ ਛੋਟਾ ਬਲਜਿੰਦਰ ਸਿੰਘ ਇਹ ਵੀ 13ਵੀਂ ਪੀੜ੍ਹੀ 'ਚ ਆ ਗਏ ਇਹ ਬਾਬੇ ਬਸਾਊ ਦੇ ਪਰਿਵਾਰ ਦੇ ਆ ਗਏ ਇਹਨਾਂ ਬਾਬੇ ਘਮੰਡੀ ਦੇ ਪਰਿਵਾਰ ਦੇ ਉਦੋਂ ਗਾਹਾਂ ਬਾਬੇ ਘਮੰਡੀ ਤੋਂ ਬਿਹਾਰੀ ਆ ਗਿਆ ਤਿੰਨ ਭਰਾ ਸੀਗੇ ਬਾਬੇ ਕਸਾਲੇ ਦੇ ਤਿੰਨ ਪੁੱਤ ਬਸਾਊ ਘਮੰਡੀ ਬਿਹਾਰੀ ਉਦੋਂ ਗਾਹਾਂ ਆ ਗਿਆ ਬਿਹਾਰੀ ਬਿਹਾਰੀ ਦੇ ਆ ਗਏ ਤਿੰਨ ਪੁੱਤ ਵੱਡਾ ਬਾਲਾ ਸਿਉਂ ਛੋਟਾ ਸਤੂਰ ਸਿੰਘ ਉਦੋਂ ਛੋਟਾ ਸਹੇਲ ਸਿੰਘ ਸਤੂਰ ਸਿਉਂ ਉੱਥੇ ਫੌਤ ਹੋ ਗਿਆ ਉਦੋਂ ਗਾਹਾਂ ਜਿਹੜਾ ਬਾਬਾ ਬਾਲਾ ਸੀ ਉਹਦੇ ਦੋ ਪੁੱਤ ਹੋਏ ਜੋਗਾ ਸਿਉਂ ਅਤੇ ਮਹਤਾਬ ਸਿਉਂ ਜੋਗਾ ਸਿਉਂ ਦੇ ਹੋਇਆ ਇੰਦਰ ਸਿਉਂ ਇੰਦਰ ਸਿਉਂ ਦੇ ਹੋਏ ਚਾਰ ਪੁੱਤ ਵੱਡਾ ਵੀਰ ਸਿਉਂ ਉਦੋਂ ਛੋਟਾ ਬਾਬਾ ਵਜ਼ੀਰ ਸਿਉਂ ਉਦੋਂ ਛੋਟਾ ਬੁੱਧ ਸਿਉਂ ਉਦੋਂ ਛੋਟਾ ਮਾਲਾ ਸਿਉਂ ਇਹਦੇ ਵਿੱਚੋਂ ਬਾਬੇ ਵੀਰ ਸਿਉਂ ਅਮਰੀਕਾ ਚਲਿਆ ਗਿਆ ਸੀ ਪਹਿਲਾਂ ਟਾਈਮਾਂ 'ਚ ਕੋਈ ਅੱਜ ਤੋਂ 9-10 ਸਾਲ 100-109-10 ਸਾਲ ਪਹਿਲਾਂ ਅਮਰੀਕਾ 'ਚ ਉਹ ਪਰਿਵਾਰ ਠੀਕ ਹੈ ਜੀ ਮੇਰੇ ਖਿਆਲ 'ਚ ਉੱਥੇ ਫੌਤ ਹੋ ਚੁੱਕਿਆ ਉਹ ਪਰਿਵਾਰ ਦਾ ਨਹੀਂ ਵਧਿਆ ਹੋਣਾ ਉਦੋਂ ਗਾਹਾਂ ਆ ਗਿਆ ਬਾਬਾ ਵਜ਼ੀਰ ਸਿਉਂ ਵਜ਼ੀਰ ਸਿਉਂ ਦੇ ਹੋਇਆ ਇਕੱਲਾ ਬੰਤ ਸਿਉਂ ਬੰਤ ਸਿਉਂ ਦੇ ਦੋ ਪੁੱਤ ਹੋਏ ਜਿਉਣਾ ਸਿਉਂ ਅਤੇ ਰਾਮ ਸਿਉਂ ਉਦੋਂ ਗਾਹਾਂ ਮਗਰੀਆਂ ਪੀੜ੍ਹੀਆਂ ਉਹ ਯਾਦ ਕਰ ਇਹ ਵੀ 13ਵੀਂ ਪੀੜ੍ਹੀ 'ਚ ਆ ਗਈ ਉਦੋਂ ਗਾਹਾਂ ਆ ਗਿਆ ਬਾਬਾ ਬੁੱਧ ਸਿਉਂ ਬਾਬੇ ਬੁੱਧ ਸਿਉਂ ਦੇ ਆ ਗਏ ਤਿੰਨ ਪੁੱਤ ਵੱਡਾ ਮੱਘਰ ਸਿਉਂ ਜਿਹਦਾ ਪਰਿਵਾਰ ਵੀ ਕਨੇਡਾ 'ਚ ਅਤੇ ਆਪ ਵੀ ਕਨੇਡਾ 'ਚ ਹੀ ਹੈ ਇੱਕ ਪੁੱਤ ਮੱਘਰ ਸਿਉਂ ਦਾ ਇੱਥੇ ਹੈ ਅਤੇ ਦੋ ਪੁੱਤ ਮੇਜਰ ਸਿਉਂ ਅਤੇ ਭੋਲਾ ਉਹ ਕਨੇਡਾ 'ਚ ਹੈ ਮੱਘਰ ਸਿਉਂ ਵੀ ਕਨੇਡਾ 'ਚ ਪਰਿਵਾਰ ਕਨੇਡਾ 'ਚ ਭੋਲਾ ਅਤੇ ਮੇਜਰ ਵੀ ਕਨੇਡਾ 'ਚ ਅਤੇ ਗੁਰਮੀਤ ਸਿਉਂ ਇੱਥੇ ਕਲਿਆਣ 13ਵੀਂ ਪੀੜ੍ਹੀ ਇਹਨਾਂ ਦੀ ਉਦੋਂ ਗਾਹਾਂ ਆ ਗਿਆ ਹਰਬੰਸ ਸਿਉਂ ਹਰਬੰਸ ਸਿਉਂ ਦੇ ਦੋ ਪੁੱਤ ਆਏ ਅਕਬਾਲ ਅਤੇ ਸੁਰਜੀਤ ਸਿਉਂ ਸੁਰਜੀਤ ਸਿਉਂ ਹਰਬੰਸ ਸਿਉਂ ਦਾ ਪੁੱਤ ਸੋਹੂ ਵਾਲੇ ਨਾਂ ਕਿਹੜੇ ਰੀਤੇ ਰਹਿੰਦਾ ਅਤੇ ਅਕਬਾਲ ਸਿਉਂ ਕਲਿਆਣੀ ਵਾਹੀ ਕਰਦਾ ਹਰਬੰਸ ਸਿਉਂ ਵੀ ਕਲਿਆਣੀ ਤੀਜੇ ਨੰਬਰ 'ਤੇ ਆ ਗਿਆ ਸੁਖਦੇਵ ਸਿਉਂ ਬਾਬੇ ਬੁੱਧ ਸਿਉਂ ਦਾ ਪੁੱਤ ਉਹ ਅਮਰੀਕਾ 'ਚ ਹੀ ਆ ਅਮਰੀਕਾ 'ਚ ਹੀ ਆ ਅਤੇ ਉਹਦੇ ਪੁੱਤ ਦਾ ਨਾਮ ਵੀ ਤਾਂ ਮੇਰੇ ਜੀ ਯਾਦ ਹੀ ਸੀ ਅਤੇ ਮੇਰੇ ਦੋਸਤ ਦੇ ਮੁੰਡਾ ਸਭ ਤੋਂ ਵੱਡਾ ਦੋਸਤ ਸੀ ਉਹ ਵੀ ਦੋਸਤ ਸੀ ਜਿਹੜਾ ਮੁੰਡਾ ਮੇਰੇ ਕੋਲ ਬੈਠਾ ਹੈ ਰਾਮ ਸਿਉਂ ਇਹਦਾ ਭਰਾ ਪਿਤਾ ਜੀ ਵੀ ਮੇਰਾ ਦੋਸਤ ਹੀ ਸੀ ਇਹ ਵੀ ਬਹੁਤ ਦੋਸਤ ਜਿਹੜਾ ਸੁਖਦੇਵ ਸਿਉਂ ਅਮਰੀਕਾ ਜਾਂ ਹਰਬੰਸ ਸਿਉਂ ਮੱਘਰ ਸਿਉਂ ਮੇਰੇ ਬੜੇ ਦੋਸਤ ਸੀ ਅਤੇ ਉਹਨਾਂ ਦਾ ਨਾਮ ਹੈ ਜਿਹੜਾ ਅਮਰੀਕਾ 'ਚ ਸੁਖਦੇਵ ਸਿੰਘ ਦਾ ਮੁੰਡਾ ਇਹ ਵੀ ਪੀੜ੍ਹੀ ਆ ਉਹਦਾ ਮੈਂ ਨਾਮ ਦੱਸੂ ਯਾਦ ਕਰਕੇ ਇਹ ਪਰਿਵਾਰ ਆ ਗਿਆ ਬਾਲੇ ਦਾ ਠੀਕ ਹੈ ਜੀ ਉਦੋਂ ਸਤਪੂਰ ਸਿੰਘ ਦਾ ਪਰਿਵਾਰ ਫੌਤ ਹੋ ਗਿਆ ਉੱਥੇ ਉਦੋਂ ਗਾਹਾਂ ਆ ਗਿਆ ਸੇਹਲਾ ਸਿਉਂ ਦੇ ਆ ਗਏ ਦੋ ਪੁੱਤ ਚੰਦ ਸਿਉਂ ਅਤੇ ਮੋਤੀ ਸਿਉਂ ਚੰਦ ਸਿਉਂ ਦੇ ਆ ਗਏ ਦੋ ਪੁੱਤ ਬਦਨਾ ਅਤੇ ਭੋਲਾ ਭੋਲਾ ਸਿਉਂ ਦੇ ਹੋਇਆ ਗੁੱਜਰ ਸਿਉਂ ਅਤੇ ਗੁੱਜਰ ਸਿਉਂ ਦੇ ਹੋਏ ਲਾਲ ਅਤੇ ਗਰਦਿਆਲ ਗੁੱਜਰ ਸਿਉਂ ਪਹਿਲਾਂ ਟਾਈਮਾਂ ਦਾ ਮਲੇਸ਼ੀਆ ਮਲਾਇਆ 'ਚ ਸੀ ਠੀਕ ਹੈ ਜਿਹਦਾ ਪਰਿਵਾਰ ਲਾਲ ਸਿੰਘ ਦਾ ਪਰਿਵਾਰ ਫੌਤ ਹੋ ਗਿਆ ਉੱਥੇ ਘਰ ਅਤੇ ਗੁਰਦਿਆਲ ਸਿੰਘ ਦੇ ਦੋ ਪੁੱਤ ਇੰਦਰ ਸਿੰਘ ਅਤੇ ਸੁੰਦਰ ਸਿੰਘ ਹਾਂਜੀ ਹਾਂ 13ਵੀਂ ਪੀੜ੍ਹੀ 'ਚ ਇਹ ਹਾਂਜੀ ਹਾਂ ਇਹ ਵੀ ਇੰਦਰ ਸੁੰਦਰ 13ਵੀਂ ਪੀੜ੍ਹੀ 'ਚ ਅਤੇ ਇਹਨਾਂ 'ਚੋਂ ਇੰਦਰ ਸਿੰਘ ਦਾ ਘਰ ਫੇਰ ਖਾਲੀ ਹੋਈ ਹੈ ਅਤੇ ਸੁੰਦਰ ਸਿੰਘ ਦੇ ਦੋ ਪੁੱਤ ਆ ਉਹ ਵੀ ਅਸੀਂ ਯਾਦ ਕਰਕੇ ਸੁੰਦਰ ਸਿੰਘ 13ਵੀਂ ਪੀੜ੍ਹੀ 'ਚ ਇੰਦਰ ਸਿੰਘ 13ਵੀਂ 'ਚ ਹਾਂਜੀ ਹਾਂਜੀ ਇਹਨਾਂ ਨੇ ਮੈਂ ਯਾਦ ਕਰਕੇ ਦੱਸਾਂ ਹਾਂਜੀ ਇਹ ਆ ਗਿਆ ਪਰਿਵਾਰ ਚੰਦ ਸਿੰਘ ਦਾ ਹਾਂਜੀ ਉੱਧਰ ਆ ਗਿਆ ਬਦਨਾ ਸਿਉਂ ਬਦਨਾ ਸਿਉਂ ਦੇ ਹੋਇਆ ਅਮਰ ਸਿਉਂ ਅਮਰ ਸਿਉਂ ਦੇ ਹੋਇਆ ਕਾਕਾ ਅਤੇ ਪੋਲਾ ਸਿਉਂ ਸਾਡੇ ਤਾਏ ਸੀ ਪੋਲਾ ਸਿਉਂ ਅਤੇ ਪੋਲਾ ਸਿਉਂ ਫੇਰ ਫੌਤ ਗਿਆ ਕਾਕਾ ਸਿਉਂ ਦੇ ਤਿੰਨ ਪੁੱਤ ਹੋਏ ਵੱਡਾ ਗੁਰਦੇਵ ਸਿਉਂ ਛੋਟਾ ਹਰਦੇਵ ਸਿਉਂ
ਤੇ ਛੋਟਾ ਸੇਵਕ ਸਿਉਂ, ਸੇਵਕ ਸਿਉਂ ਵੀ ਨਾਨਕੇ ਢੇਰੀ ਤੇ ਬਗਰਾੜੀ ਰਹਿੰਦਾ। ਤੇ ਜਿਹੜੇ ਫਿਰ ਹਰਦੇਵ ਸਿੰਘ ਦੇ ਪਰਿਵਾਰ ਹੈ ਤੇ ਉਹਨਾਂ ਬੱਚੇ ਹਰਦੇਵ ਸਿੰਘ, ਗੁਰਦੇਵ ਸਿੰਘ, ਸੇਵਕ ਸਿੰਘ, ਇਹ ਵੀ 13ਵੀਂ ਪੀੜ੍ਹੀ ਚ ਆ ਗਈ। ਹਾਂਜੀ ਹਾਂਜੀ, ਇਹਨਾਂ ਦੇ ਬੱਚਿਆਂ ਦਾ ਮੈਂ ਨਾਮ ਫਿਰ ਸੁਣੂਗਾ। ਹਾਂ ਠੀਕ, ਫਿਰ ਦੱਸੂ ਬਾਬੇ ਮੋਹਨ ਤੋਂ। ਠੀਕ ਹੈ। ਉੱਧਰ ਆ ਗਿਆ ਮੋਤੀ ਸਿੰਘ। ਹਾਂਜੀ, ਮੋਤੀ ਸਿੰਘ ਦੇ ਬਾਬਾ ਜਵਾਹਰ ਸਿੰਘ ਕੱਲਾ ਹੀ ਪੁੱਤ ਹੋਇਆ। ਹਾਂਜੀ, ਬਾਬੇ ਜਵਾਹਰ ਸਿੰਘ ਦੇ 3 ਪੁੱਤ ਹੋਏ। ਹਾਂਜੀ, ਵੱਡਾ ਬਖਸੀਸ ਸਿੰਘ, ਛੋਟਾ ਉਹਨੂੰ ਬਖਸੀ, ਤੇ ਛੋਟਾ ਹੋਇਆ ਵੀਰ ਸਿੰਘ। ਤੇ ਬਖਸੀਸ ਸਿੰਘ ਦੇ ਹੋਏ 5 ਪੁੱਤ। ਵੱਡਾ ਜਗੀਰ ਸਿੰਘ ਫੌਜ ਗਿਆ ਚਲਾ, ਉਦੋਂ ਛੋਟਾ ਸਤਾਗਰ ਸਿੰਘ ਉਹ ਵੀ ਬਾਹਰ ਹੀ ਚਲਿਆ ਗਾ, ਉਹ ਵੀ ਸ਼ਾਇਦ ਫੌਜ ਹੀ ਹੈ। ਤੀਜੇ ਨੰਬਰ ਤੇ ਆ ਗਿਆ ਭਾਗ ਸਿੰਘ, ਉਹ ਖਾਲਸਿਆਂ ਤੋਂ ਉੱਠ ਗਿਆ ਸੀ, ਉਹ ਮੁੜ ਕੇ ਆਇਆ ਨੀ ਖਾਲਸਿਆਂ ਚੋਂ। ਤੀਜੇ ਨੰਬਰ ਤੇ ਭਾਗ ਸਿੰਘ, ਨਾ ਤੀਜੇ ਨੰਬਰ ਤੇ ਸਤਾਗਰ ਸਿੰਘ ਆਉਂਦਾ, ਉਹ ਮਲੇਸ਼ੀਆ ਚਲਿਆ ਗਿਆ ਮਲਾਇਆ ਦੇ ਵਿੱਚ, ਉਹਦਾ ਵੀ ਪਰਿਵਾਰ ਦਾ ਨੀ ਪਤਾ। ਹਾਂਜੀ, ਚੌਥੇ ਨੰਬਰ ਤੇ ਆਇਆ ਮੋਹਦਾ ਸਿੰਘ, ਮੋਹਦਾ ਸਿੰਘ ਦਾ ਘਰ ਫੌਤ ਹੀ ਗਿਆ। ਉਦੋਂ ਵਹਾਂ ਆਇਆ ਗੁਰਵੰਤ ਸਿੰਘ, ਗੁਰਵੰਤ ਸਿੰਘ ਦੇ ਪੁੱਤ ਹੋਇਆ ਸਤਨਾਮ ਸਿੰਘ, ਉਹ ਵੀ ਇਕੱਲੇ 13ਵੀਂ ਪੀੜ੍ਹੀ ਚ ਆ ਗਿਆ। ਹਾਂਜੀ ਹਾਂਜੀ, ਇਦੂ ਗਾਂ ਉਹਦਾ ਨਾਮ ਦਾ ਪਤਾ ਚਲੋ, ਫਿਰ ਗਾਂ ਸਾਰੇ ਯਾਦ ਕਰਕੇ ਦੱਸਾਂਗੇ। ਉਦੋਂ ਗਾਂ ਆ ਗਿਆ ਬਖਸੀ ਸਿੰਘ, ਬਖਸੀ ਸਿੰਘ ਦੇ 2 ਧੀਆਂ ਹੋਈਆਂ, ਇੱਕ ਧੀ ਵਿਆਹੀ ਗਈ ਨਿਹਾਲ ਕਰ ਵੱਡੀ ਰਮਾਣੀ, ਧੀਆਂ ਹੀ ਧੀਆਂ ਸੀ ਬਖਸੀ ਸਿੰਘ ਦੇ, 2 ਫੌਤ ਘਰ ਹੋ ਗਿਆ। ਤੇ ਛੋਟੀ ਧੀ ਵਿਆਹੀ ਗਈ ਆਂਧਪੁਰੇ, ਉਹਦਾ ਨਾਮ ਸੀ ਦਲੀਪ ਕੌਰ। ਹਾਂਜੀ ਹਾਂਜੀ, ਜਿਹੜੀ ਨਿਹਾਲ ਕਰ ਸੀ ਉਹਦਾ ਪੁੱਤ ਸੀ ਜਿਹੜਾ ਦਾ ਡਿਪਟੀ ਸਰਦਾਰ ਬਲਵੀਰ ਸਿੰਘ ਪਰਮਾਨੀ। ਹਾਂਜੀ ਹਾਂਜੀ, ਉਦੋਂ ਗਾਂ ਉਹ ਬਲਵੀਰ ਸਿੰਘ ਦੇ ਬੱਚਿਆਂ ਦਾ ਵੀ ਚਲੋ ਨਾਮਾਂ ਦਾ ਪਤਾ ਹੈਗਾ, ਦੱਸਾਂਗੇ ਤੁਹਾਨੂੰ। ਜਿਹੜੀ ਦਲੀਪ ਕੌਰ ਸੀ ਉਹਦੇ 4 ਪੁੱਤ ਹੋਏ, 4 ਹੀ ਅਮਰੀਕਾ ਚ ਇਸ ਵੇਲੇ, ਵੱਡਾ ਗੁਰਚਰਨ ਸਿੰਘ, ਛੋਟਾ ਜਨੇਰ ਸਿੰਘ, ਉਦੋਂ ਛੋਟਾ ਗੁਰਮੇਲ ਸਿੰਘ, ਉਦੋਂ ਛੋਟਾ ਜੀਤ ਸਿੰਘ। ਉਹ ਚਾਰੇ ਪਰਿਵਾਰ ਹੀ, ਗੁਰਚਰਨ ਸਿੰਘ ਦੀ ਮੌਤ ਹੋ ਗਈ, ਚਾਰਾਂ ਦਾ ਪਰਿਵਾਰ ਅਮਰੀਕਾ ਦੇ ਵਿੱਚ ਹੀ ਹੈ ਇਸ ਵੇਲੇ। ਇਹ ਪਰਿਵਾਰ ਸੀ ਬਖਸੀ ਸਿੰਘ ਦਾ, ਤੇ ਜਿਹਨੀ ਬਖਸੀ ਸਿੰਘ ਦੇ ਨਾਨਕੇ ਢੇਰੀ ਤੇ, ਮਤਲਬ ਨਾਨਕਾ ਢੇਰੀ ਲਈ ਨੀ ਉਹਨਾਂ ਨੇ, ਤੇ ਪਰਿਵਾਰ ਉਹ ਅਮਰੀਕਾ ਚ ਹੀ ਹੈ। ਉਦੋਂ ਗਾਂ ਆ ਗਿਆ ਬਾਬਾ ਵੀਰ ਸਿੰਘ, ਬਾਬੇ ਵੀਰ ਸਿੰਘ ਦੇ ਹੋਏ 4 ਪੁੱਤ, ਵੱਡਾ ਹਜੂਰਾ ਸਿੰਘ, ਛੋਟਾ ਪੂਰਨ ਸਿੰਘ, ਉਦੋਂ ਛੋਟਾ ਸਰਵਣ ਸਿੰਘ, ਉਦੋਂ ਛੋਟਾ ਮੁਨਸੀ ਸਿੰਘ। ਹਜੂਰਾ ਸਿੰਘ ਦੇ ਹੋਏ 4 ਪੁੱਤ ਹੀ ਹਜੂਰਾ ਸਿੰਘ ਦੇ, ਵੱਡਾ ਗੁਰਦੇਵ ਸਿੰਘ, ਉਦੋਂ ਛੋਟਾ ਮੁਖਤਿਆਰ ਸਿੰਘ ਪ੍ਰੋਫੈਸਰ ਸੀ, ਉਦੋਂ ਛੋਟਾ ਭਾਨ ਸਿੰਘ, ਉਦੋਂ ਛੋਟਾ ਸੁਖਮੰਦਰ ਸਿੰਘ। ਇਹ ਵੀ 4 ਪੁੱਤ ਹੀ, ਚਾਰੇ ਜਿਹੜਾ ਪ੍ਰੋਫੈਸਰ ਮੁਖਤਿਆਰ ਸਿੰਘ ਹੈ ਉਹ ਸਟਰੇਗਾ ਵੀ ਚਲਿਆ ਜਾਂਦਾ, ਉਹਦਾ ਮੁੰਡਾ PR ਉਹ ਰਾਮਪੁਰੇ 'ਚ ਰਹਿੰਦਾ, ਅਤੇ ਉਹ ਰਾਮ ਪੈਨਸ਼ਨ ਹੋ ਚੁੱਕੀ ਉਹਦੀ, ਅਤੇ ਉਹ ਰਾਮਪੁਰੇ 'ਚ ਹੀ ਰਹਿੰਦਾ, ਅਤੇ ਸਟਰੇਗਾ 'ਚੋਂ ਇੱਥੇ ਸਟਰੇਗਾ ਵੀ ਆ ਜਾਂਦਾ ਅਤੇ ਰਾਮਪੁਰੇ 'ਚ ਵੀ ਆ ਜਾਂਦਾ। ਉਹਦੇ 2 ਪੁੱਤ ਹੋਏ, ਇੱਕ ਸਟਰੇਗਾ 'ਚ, ਇੱਕ ਰਾਮਪੁਰੇ ਹੀ, ਮਤਲਬ ਜਨਤਾ ਪਾਣੀ ਦਾ ਕੰਮ ਜਿਹੜੇ ਆ ਬੱਚਿਆਂ ਨੂੰ ਜਹਾਜ਼ਾਂ 'ਤੇ ਘੱਲਦੇ ਆ। ਅਤੇ ਗੁਰਦੇਵ ਸਿੰਘ ਦੇ 2 ਪੁੱਤ ਹੈ, ਹਰਵਿੰਦਰ ਸਿੰਘ ਅਤੇ ਗੁਰਨੈਣ ਸਿੰਘ। ਹਾਂਜੀ ਹਾਂ, ਉਦੋਂ ਆ ਗਿਆ ਤੀਜੇ ਨੰਬਰ 'ਤੇ ਭਾਨ ਸਿੰਘ। ਹਾਂਜੀ ਹਾਂ, ਭਾਨ ਸਿੰਘ ਦੇ ਆ ਗਿਆ, ਭਾਨ ਸਿੰਘ ਵੀ 13ਵੀਂ ਪੀੜ੍ਹੀ 'ਚ ਆ ਗਿਆ, ਮੁਖਤਿਆਰ ਸਿੰਘ ਵੀ 13ਵੀਂ 'ਚ, ਹਾਂਜੀ ਹਾਂ, ਗੁਰਦੇਵ ਸਿੰਘ ਵੀ, ਸੁਖਮੰਦਰ ਸਿੰਘ ਵੀ 13ਵੀਂ 'ਚ। ਹਾਂਜੀ ਹਾਂਜੀ, ਉਦੋਂ ਗਾਂ ਭਾਨ ਸਿੰਘ ਦੇ ਆ ਗਿਆ ਇਕੱਲਾ ਮੁੰਡਾ ਨਾਜ਼ਮ ਸਿੰਘ। ਹਾਂਜੀ ਹਾਂ, ਨਾਜ਼ਮ ਸਿੰਘ ਦੇ 14ਵੀਂ ਪੀੜ੍ਹੀ 'ਚ, ਤੇ ਇਕੱਲਾ ਮੁੰਡਾ ਆ ਗਿਆ ਸੁਖਪਾਲ ਸਿੰਘ, 15ਵੀਂ ਪੀੜ੍ਹੀ ਬਾਬੇ ਮੋਹਨ ਤੋਂ। ਹਾਂਜੀ ਹਾਂ, 15ਵੀਂ ਪੀੜ੍ਹੀ 'ਚ। ਹਾਂਜੀ, ਜਾਣੀ ਕਿ ਤੁਸੀਂ ਇਹ ਭਾਨ ਸਿੰਘ ਇਹ ਆਪਣੀ ਗੱਲ ਕਰ ਰਹੇ ਇਸ ਟਾਈਮ, ਇਹ ਭਾਨ ਸਿੰਘ ਅਤੇ ਇਹਨਾਂ ਦੇ ਬੇਟਾ ਨਾਜ਼ਮ ਸਿੰਘ, ਅਤੇ ਜਿਨ੍ਹਾਂ ਨਾਲ ਅਸੀਂ ਇੰਟਰਵਿਊ ਕਰ ਰਹੇ ਹਾਂ, ਇਹਨਾਂ ਦੇ ਪੋਤਾ 15ਵੀਂ ਪੀੜ੍ਹੀ 'ਚ ਆ, ਬਾਬਾ ਮੋਹਨ ਤੋਂ ਲੈ ਕੇ ਅੱਗੇ। ਹਾਂ ਅੱਛਾ ਜੀ, ਉਦੋਂ ਛੋਟਾ ਸੁਖਮੰਦਰ ਸਿੰਘ ਆ ਗਿਆ, ਸੁਖਮੰਦਰ ਸਿੰਘ ਵੀ ਇੱਕ ਬੇਟਾ ਹੀ ਆ, ਉਹ ਬਠਿੰਡੇ ਰਹਿੰਦਾ, ਵਕਾਲਤ ਕਰਦਾ, ਉਹਦਾ ਨਾਂ ਗੁਰਦੀਪ ਸਿੰਘ, ਉਹ 14ਵੀਂ ਪੀੜ੍ਹੀ 'ਚ ਆ ਗਿਆ। ਹਾਂਜੀ ਅੱਛਾ ਜੀ, ਇਹ ਸਾਡੀ ਪੱਤੀ ਆ ਗਈ ਕਸਾਲਾ।
उदू बाद जौन पत्ती दे बाबे मल के चार पुत हुए सी हो तो पांच सी एक कसाला सो फौत गया। हाँ जी बाबे जौन दे दो पुत हुए हरिया ते मीना। हाँ जी हरगे दे हुए बाबे मीने दे हुए चार पुत। हाँ जी ते बाबे हरगे दे हुए तीन पुत। हाँ जी माहू मोहरी ते मानिया। ठीक है मानने दे होया एक पुत खजान सिंह। हाँ जी खजान सिंह दे फिर एक पुत होया राम सिंह। राम सिंह दे होए तीन पुत बड़ा हरदित्ता छोटा कोर सिंह ते उदू छोटा तेजा सिंह। हरदित्ते तेजा सिंह दे होया बेशन सिंह कल्ले ही फेर। बेशन सिंह दे कल्ले ही फेर गुरदयाल सिंह होया। गुरदयाल सिंह तेरहवीं पीढ़ी चल गया। गुरदयाल सिंह दे होए तीन पुत भाग सिंह कुलदीप सिंह ते गुरमीत सिंह। भाग सिंह दे गुरदयाल सिंह तेरहवीं पीढ़ी च आ गया ते भाग सिंह आ गया चौदहवीं पीढ़ी च। भाग सिंह दे फिर मुंडा आ गया बलजीत सिंह पंद्रहवीं पीढ़ी च ते भाग सिंह दा पोतरा आ गया सोलहवीं पीढ़ी च मंटी। ते मंटी दे फिर कनेडा दे विच है बच्चा वह आ गया सतारवीं पीढ़ी बाबे मोहन तो। कल्याण मालका च कल्याणा दे विच बाबे मोहन दी सतारवीं पीढ़ी ये पीढ़ी चल रही है बाबे ज्यों दे परिवार तो। ये सतारवीं पीढ़ी च भी जिहड़ा भाग सिंह का पोतरा सतारवीं वो सतारवीं पीढ़ी पड़ोतरा भाग सिंह का। भाग सिंह का पोतरा मंटी बच्चा बलजीत सिंह। बलजीत सिंह का बच्चा मंटी दे मंटी का बच्चा कनेडा च सतारवीं पीढ़ी च। हाँ जी हाँ जी हाँ जी वो सतारवीं पीढ़ी आ गई। हाँ जी गांह आ गया दूजे नंबर से कुलदीप सिंह। हाँ जी ये कुलदीप सिंह दे भी कल्ले ही बच्चा है। हाँ जी कल्ले ही बच्चा है। उदू गांह आ गया गुरमीत सिंह। गुरमीत सिंह दे भी कल्ले ही बच्चा है ते ना गौतम है कल्ले उहदे फिर बच्चा उहनां दे गांह नावां दा फेर नहीं असीं क्यों पंद्रहवीं पीढ़ी आ गया ना दा और गुरमीत सिंह का मुंडा सोलहवीं पीढ़ी च आ गया। हाँ जी ते गुरमीत सिंह का बच्चा का जिहड़ा ਜੋਤਮ ਰਿਸ਼ੀ ਆ ਉਹ ਚੌਥ ਪੰਦਰਵੀਂ ਚੌਦਵੀਂ ਚ ਆ ਗਿਆ ਪੰਦਰਵੀਂ ਚ। ਜਿਹੜਾ ਜੋਤਮ ਦਾ ਮੁੰਡਾ ਉਹ ਆ ਗਿਆ ਸੋਲਵੀਂ ਪੀੜ੍ਹੀ ਚ। ਇਹ ਆ ਗਏ ਇੱਥੇ ਬਾਬੇ ਤੇਜਾ ਸਿੰਘ ਦਾ ਪਰਿਵਾਰ। ਠੀਕ ਹੈ ਉਦੋਂ ਗਾਹ ਚੱਲਿਆ ਹਰਦਿੱਤਾ ਸਿੰਘ। ਹਰਦਿੱਤਾ ਸਿੰਘ ਦੇ ਹੋਇਆ ਜੋਰਾ ਸਿੰਘ ਕੱਲਾ ਹੀ ਤੇ ਜੋਰਾ ਸਿੰਘ ਦੇ ਹੋਇਆ ਕਰਤਾਰ ਸਿੰਘ ਕੱਲਾ ਹੀ। ਕਰਤਾਰ ਸਿੰਘ ਦੇ ਫਿਰ ਦੋ ਮੁੰਡੇ ਹੋਏ ਮੁਖਤਿਆਰ ਸਿੰਘ ਤੇ ਇੰਦਰ ਸਿੰਘ। ਕਰਤਾਰ ਸਿੰਘ ਫਿਰ ਤੇਰਵੀਂ ਪੀੜ੍ਹੀ ਚ ਆ ਗਿਆ। ਕਰਤਾਰ ਸਿੰਘ ਦੇ ਦੋ ਮੁੰਡੇ ਹੋਏ ਚੌਦਵੀਂ ਪੀੜ੍ਹੀ ਚ ਇੰਦਰ ਸਿੰਘ ਤੇ ਮੁਖਤਿਆਰ ਸਿੰਘ। ਇੰਦਰ ਸਿੰਘ ਦਾ ਘਰ ਫਿਰ ਫੌਤ ਗਿਆ ਉੱਥੇ। ਮੁਖਤਿਆਰ ਸਿੰਘ ਦੇ ਆ ਗਏ ਤਿੰਨ ਬੇਟੇ ਵੱਡਾ ਅੰਗਰੇਜ਼ ਸਿੰਘ ਛੋਟਾ ਜਸਵਿੰਦਰ ਸਿੰਘ ਉਦੋਂ ਛੋਟਾ ਹਰਜੀਤ ਸਿੰਘ। ਇਹ ਆ ਗਏ ਪੰਦਰਵੀਂ ਪੀੜ੍ਹੀ ਚ ਤੇ ਸੋਲਵੀਂ ਪੀੜ੍ਹੀ ਦੇ ਬੱਚਿਆਂ ਦਾ ਫੇਰ ਨਾਮਾਂ ਦਾ ਸਾਨੂੰ ਇਹ ਸੋਲਵੀਂ ਪੀੜ੍ਹੀ ਚ ਇੱਥੇ। ਹਾਂਜੀ ਬੱਚੇ ਤੇ ਇੱਥੇ ਸੋਲਵੀਂ ਆ ਗਈ। ਹਾਂਜੀ ਇਹ ਆ ਗਿਆ ਬਾਬਾ ਹਰਦਿੱਤਾ ਦਾ ਬਾਬਾ ਹਰਦਿੱਤਾ ਸਿੰਘ ਦਾ ਪਰਿਵਾਰ। ਹਾਂਜੀ ਤੀਜੇ ਨੰਬਰ 'ਤੇ ਆ ਗਿਆ ਕੋਰ ਸਿੰਘ ਬਾਬਾ ਕੋਰ ਸਿੰਘ। ਬਾਬੇ ਕੋਰ ਸਿੰਘ ਦੇ ਹੋਇਆ ਤਾਇਆ ਅਮਰ ਸਿੰਘ। ਤਾਏ ਅਮਰ ਸਿੰਘ ਦੇ ਹੋਇਆ ਗੁਰਦੇਵ ਸਿੰਘ ਫਿਰ ਤੇਰਵੀਂ ਪੀੜ੍ਹੀ ਚ। ਹਾਂਜੀ ਹਾਂਜੀ ਗੁਰਦੇਵ ਸਿੰਘ ਦੇ ਫਿਰ ਹੋਏ ਚੌਦਵੀਂ ਪੀੜ੍ਹੀ ਚ ਨਿਰੰਜਣ ਸਿੰਘ। ਹਾਂਜੀ ਤੇ ਉਦੋਂ ਗਾਹ ਪੰਦਰਵੀਂ ਪੀੜ੍ਹੀ ਆ ਗਈ ਸੋਲਵੀਂ ਫਿਰ ਆ ਗਈ। ਉਹਨਾਂ ਬੱਚਿਆਂ ਦੇ ਨਾਵਾਂ ਦਾ ਸਾਨੂੰ ਫਿਰ ਨਹੀਂ ਪਤਾ। ਹਾਂਜੀ ਹਾਂਜੀ ਇਹ ਆ ਗਏ ਮਤਲਬ ਬਾਬੇ ਮਾਨਨੇ ਦਾ ਪਰਿਵਾਰ ਤੇ ਜਿਉਣ ਦੇ ਪੋਤਰੇ ਦਾ ਪਰਿਵਾਰ। ਉਦੋਂ ਗਾਹ ਮੀਨੇ ਦੇ ਹੋਏ ਚਾਰ ਪੁੱਤ। ਬਾਬੇ ਮੀਨੇ ਦੇ ਹੋਏ ਚਾਰ ਪੁੱਤ। ਬਾਬੇ ਮੀਨੇ ਦੇ ਸਲੇਮਾ ਸਿਉਂ ਤੇ
ਉਦਾ ਸਿਉਂ ਅਤੇ ਬੁੱਧ ਸਿਉਂ ਅਤੇ ਹਮੀਰ ਸਿਉਂ। ਹਾਂਜੀ ਫਿਰ ਘੁੱਦੇ ਦੇ ਹੋਏ ਚਾਰ ਪੁੱਤ ਬਰਿਆਮ ਸਿਉਂ, ਨਿਧਾਨ ਸਿਉਂ, ਕਾਂ ਸਿਉਂ ਅਤੇ ਬਾਦਨ ਸਿਉਂ। ਬਾਦਨ ਸਿਉਂ ਦੇ ਹੋਇਆ ਬੂਟਾ ਸਿਉਂ, ਬੂਟਾ ਸਿਉਂ ਦੇ ਹੋਇਆ ਵਜ਼ੀਰ, ਵਜ਼ੀਰ ਦੇ ਹੋਏ ਤਿੰਨ ਪੁੱਤ ਗੁਰਵਰਸਾ ਅਤੇ ਗੁਰਦਿਆਲ ਸਿਉਂ ਅਤੇ ਭਾਨ ਸਿਉਂ। ਫਿਰ ਗੁਰਦਿਆਲ ਸਿੰਘ ਦੇ ਦੋ ਪੁੱਤਰ ਮਹਿੰਦਰ ਸਿੰਘ ਅਤੇ ਜਲੌਰ ਸਿੰਘ, ਇਹ ਤੇਰ੍ਹਵੀਂ ਪੀੜ੍ਹੀ 'ਚ ਫੇਰ ਆ ਗਏ। ਉੱਧਰ ਗੁਰਬਖਸ਼ ਸਿੰਘ ਦੇ ਆ ਗਏ ਦੋ ਪੁੱਤ ਮੁਖਤਿਆਰ ਸਿੰਘ ਅਤੇ ਸਰਜੀਤ ਸਿੰਘ, ਇਹ ਵੀ ਤੇਰ੍ਹਵੀਂ ਪੀੜ੍ਹੀ 'ਚ ਆ ਗਏ। ਹਾਂਜੀ ਇਹ ਆ ਗਏ ਜਾਣੀ ਵਜ਼ੀਰ ਸਿੰਘ ਦੇ ਪਰਿਵਾਰ ਤੋਂ। ਹਾਂਜੀ ਫਿਰ ਤੀਜੇ ਨੰਬਰ 'ਤੇ ਆ ਗਿਆ ਭਾਨ ਸਿੰਘ, ਉਹਦੇ ਹੋਏ ਦੋ ਪੁੱਤ ਭਾਨ ਸਿੰਘ ਦੇ, ਉਹ ਰਹਿੰਦੇ ਆ ਕਲਿਆਣ ਚੱਕ ਫਰੀਦਕੋਟ ਜ਼ਿਲ੍ਹੇ 'ਚ ਕੋਟਕਪੂਰੇ ਹੋਏ। ਹਾਂਜੀ ਹਾਂਜੀ ਗੁਰਦੇਵ ਸਿੰਘ ਅਤੇ ਗੁਰਤੇਜ ਸਿੰਘ। ਹਾਂਜੀ ਉੱਥੇ ਗੁਰਦੇਵ ਸਿੰਘ ਦਾ ਪਰਿਵਾਰ ਵਿਚਾਰੇ ਦਾ ਫਿਰ ਧੀਆਂ, ਅਤੇ ਗੁਰਤੇਜ ਸਿੰਘ ਦੇ ਫਿਰ ਇੱਕ ਬੱਚੇ, ਉਹਦੇ ਨਾਂ ਦਾ ਫਿਰ ਨਹੀਂ ਪਤਾ। ਹਾਂਜੀ ਕਲਿਆਣ ਚੱਕ ਦਾ। ਠੀਕ ਹੈ ਇਹ ਆ ਗਿਆ ਬਾਬੇ ਬਾਦਲ ਸਿੰਘ ਦਾ ਪਰਿਵਾਰ। ਹਾਂਜੀ ਦੂਜੇ ਨੰਬਰ 'ਤੇ ਆ ਗਿਆ ਬਰਿਆਮ ਸਿੰਘ ਦਾ ਪਰਿਵਾਰ, ਖਤਮ ਹੀ ਹੋ ਗਿਆ। ਉਹਦੇ ਉੱਥੇ ਬੇਟੀ ਸੀਗੀ, ਬੇਟੀ ਨਿਹਾਲ ਰਹੀ ਸੀ, ਉਹ ਘਰ ਪਰਿਵਾਰ ਜਾਣੀ ਉੱਥੇ ਬਰਿਆਮ ਸਿੰਘ ਦਾ ਘਰ ਫੌਤ ਗਿਆ। ਹਾਂਜੀ ਉਦੋਂ ਗਾਹ ਆ ਗਿਆ ਨਿਧਾਨ ਸਿੰਘ, ਨਿਧਾਨ ਸਿੰਘ ਦੇ ਹੋਇਆ ਜਵਾਲਾ ਸਿੰਘ, ਜਵਾਲਾ ਸਿੰਘ ਦੇ ਹੋਏ, ਜਵਾਲਾ ਸਿੰਘ ਦੇ ਹੋਇਆ ਨੰਦ ਸਿੰਘ, ਬਾਬਾ ਨੰਦ ਸਿੰਘ, ਬਾਬੇ ਨੰਦ ਸਿੰਘ ਦੇ ਚਾਚਾ ਗੁਰਦਾਸ ਅਤੇ ਚਾਚਾ ਗੁਰਨਾਮ ਸਿੰਘ। ਚਾਚੇ ਗੁਰਨਾਮ ਸਿੰਘ ਦੇ ਫਿਰ ਤਿੰਨ ਪੁੱਤ ਹੋਏ, ਵੱਡਾ ਕਰਮ ਸਿੰਘ, ਛੋਟਾ ਗੁਰਚਰਨ ਸਿੰਘ ਅਤੇ ਛੋਟਾ ਹਰਪਾਲ ਸਿੰਘ। ਇਹ ਵੀ ਤੇਰ੍ਹਵੀਂ ਪੀੜ੍ਹੀ 'ਚ ਆ ਗਏ। ਤੇਰ੍ਹਵੀਂ ਤੇਰ੍ਹਵੀਂ ਪੀੜ੍ਹੀ ਤੋਂ ਅਗਾਂਹ ਪਰਿਵਾਰ ਕਿਉਂ ਵਧੇ ਵੇ ਹੁੰਦੇ ਉਹ ਯਾਦ ਕਰਨ ਵਾਲੇ ਆ। ਹਾਂਜੀ ਹਾਂਜੀ ਤੇਰ੍ਹਵੀਂ ਪੀੜ੍ਹੀ 'ਚ, ਇਹ ਵੀ ਤੇਰ੍ਹਵੀਂ ਪੀੜ੍ਹੀ 'ਚ ਗੁਰਚਰਨ ਸਿੰਘ, ਕਰਮ ਸਿੰਘ ਅਤੇ ਹਰਪਾਲ ਸਿੰਘ। ਹਾਂਜੀ ਇਹ ਚਾਚੇ ਗੁਰਨਾਮ ਸਿੰਘ ਦਾ ਪਰਿਵਾਰ ਆ ਗਿਆ। ਹਾਂਜੀ ਉੱਧਰ ਚਾਚੇ ਗੁਰਦਾਸ ਸਿੰਘ ਦਾ, ਗੁਰਦਾਸ ਸਿੰਘ ਦਾ ਪਰਿਵਾਰ ਆ ਗਿਆ। ਬਲਵਿੰਦਰ ਵੱਡਾ ਰੋਡੂ ਸਿੰਘ, ਛੋਟਾ ਬਲਵਿੰਦਰ ਸਿੰਘ। ਹਾਂਜੀ ਰੋਡੂ ਸਿੰਘ ਦੀ ਤੇਰ੍ਹਵੀਂ ਪੀੜ੍ਹੀ 'ਚ, ਬਲਵਿੰਦਰ ਸਿੰਘ ਦੀ ਤੇਰ੍ਹਵੀਂ ਪੀੜ੍ਹੀ 'ਚ ਆ ਗਈ। ਹਾਂਜੀ ਅਤੇ ਇਹ ਪਰਿਵਾਰ ਵੀ ਜਿਹੜਾ ਗੁਰਚਰਨ ਸਿੰਘ ਦਾ ਮੁੰਡਾ ਵੀ ਕੈਨੇਡਾ 'ਚ ਹੈ, ਆਪ ਹੈਡ ਮਾਸਟਰ, ਅਤੇ ਕਰਨ ਸਿੰਘ ਦੇ ਵੀ ਦੋਵੇਂ ਮੁੰਡੇ ਮਾਸਟਰ, ਅਤੇ ਹਰਪਾਲ ਸਿੰਘ ਦਾ ਮੁੰਡਾ ਵੀ ਨੂੰਹ ਮਾਸਟਰ ਨੇ, ਅਤੇ ਵਿਚਾਰਾ ਮਾਸਟਰ ਚੱਲਿਆ ਗਿਆ ਛੋਟੀ ਉਮਰ 'ਚ, ਐਕਸੀਡੈਂਟ ਹੋਇਆ। ਹਾਂਜੀ ਇਹ ਹਰਪਾਲ ਸਿੰਘ ਦਾ ਪਰਿਵਾਰ। ਰੋਡੂ ਸਿੰਘ ਦਾ ਪਰਿਵਾਰ ਜਿਹੜਾ ਰੋਡੂ ਸਿੰਘ ਅਤੇ ਬਲਵਿੰਦਰ ਸਿੰਘ ਦੋ ਚਾਚੇ ਗੁਰਦਾਸ ਸਿੰਘ ਦੇ ਪੁੱਤ ਹੈ, ਅਤੇ ਦੋਨਾਂ ਦਾ ਪਰਿਵਾਰ ਹੀ ਤਕਰੀਬਨ। ਰੋਡੂ ਸਿੰਘ ਦਾ ਇੱਕ ਮੁੰਡਾ ਇੱਥੇ ਬਲਵੀਰ ਸਿੰਘ, ਉਹਦਾ ਮੁੰਡਾ ਉਹ ਵੀ ਕੈਨੇਡਾ 'ਚ ਹੀ ਹੈ, ਅਤੇ ਦੂਜਾ ਮੁੰਡਾ ਰੋਡੂ ਸਿੰਘ ਦਾ ਛੋਟਾ ਕੈਨੇਡਾ 'ਚ ਹੈ, ਉਹਦਾ ਪਰਿਵਾਰ ਵੀ ਕੈਨੇਡਾ 'ਚ ਹੀ ਹੈ, ਅਤੇ ਬਲਵਿੰਦਰ ਸਿੰਘ ਦਾ ਪਰਿਵਾਰ ਵੀ ਕੈਨੇਡਾ 'ਚ ਹੀ ਆ। ਬਲਵਿੰਦਰ ਸਿੰਘ ਅਤੇ ਰੋਡੂ ਸਿੰਘ ਇੱਥੇ ਹੈ, ਇੱਕ ਬਲਵੀਰ ਸਿੰਘ, ਬਾਕੀ ਪਰਿਵਾਰ ਸਾਰੇ ਕੈਨੇਡਾ 'ਚ ਹੀ ਹੈ। ਹਾਂਜੀ ਹਾਂਜੀ ਇਹ ਪਰਿਵਾਰ ਆ ਗਿਆ ਬਾਬੇ ਨਿਧਾਨ ਸਿੰਘ ਦਾ, ਬਾਬੇ ਘੁੱਦੇ ਤੋਂ ਲੈ ਕੇ। ਹਾਂਜੀ ਉਦੋਂ ਗਾਹਾਂ ਆ ਗਿਆ ਚੌਥੇ ਨੰਬਰ 'ਤੇ ਬਾਬੇ ਮੀਨੇ ਦਾ ਪੁੱਤ ਚੌਥਾ ਕਾਂ ਸਿਉਂ, ਕਾਂ ਸਿਉਂ ਦੇ ਹੋਇਆ ਬਾਬਾ ਹਰਨਾਮ ਸਿਉਂ, ਬਾਬੇ ਹਰਨਾਮ ਸਿਉਂ ਦੇ ਹੋਏ ਬਾਬਾ ਮਿੱਤਾ ਸਿਉਂ ਅਤੇ ਬਾਬਾ ਰਾਮ ਚੰਦ ਸਿਉਂ। ਬਾਬੇ ਰਾਮ ਚੰਦ ਸਿਉਂ ਦਾ ਫੇਰ ਘਰ ਫੌਤ ਗਿਆ, ਅਤੇ ਬਾਬੇ ਮਿੱਤਾ ਸਿਉਂ ਦੇ ਇਕੱਲੇ ਬੱਚਾ ਹੋਇਆ ਜਿਹਦਾ ਗੁਰਾਂ ਦਿੱਤਾ ਨਾਂ, ਬਹੁਤ ਮਸ਼ਹੂਰ ਬੰਦਾ ਹੈ, ਫਿਲਮਾਂ ਦੇ ਵਿੱਚ ਵੀ ਆਉਂਦਾ ਆ, ਮਲਵਈ ਗਿੱਧੇ 'ਚ, ਮਲਵਈ ਗਿੱਧੇ 'ਚ। ਅਤੇ ਚਾਚੇ ਗੁਰਾਂ ਸਿੰਘ ਦੇ, ਗੁਰਾਂ ਦਿੱਤਾ ਸਿੰਘ ਦੇ ਤਿੰਨ ਪੁੱਤ ਜਗਰੂਪ ਸਿੰਘ, ਕਾਕਾ ਅਤੇ ਤੀਰਥ ਸਿੰਘ। ਹਾਂਜੀ ਗੁਰਕੀਰਤ ਸਿੰਘ, ਜਸਕੀਰਤ, ਗੁਰਪ੍ਰੀਤ। ਹਾਂ ਜਸਕੀਰਤ। ਅੱਛਾ ਜਿਹੜੇ ਉਦੋਂ ਗਾਹਾਂ ਜਗਰੂਪ ਸਿੰਘ ਹੈਡ ਮਾਸਟਰ ਤੇਰ੍ਹਵੀਂ ਪੀੜ੍ਹੀ 'ਚ ਆ ਗਿਆ। ਹਾਂਜੀ ਹਾਂ
ਜਿਹਦਾ ਦੂਜਾ ਚਲੋ ਭਰਾ ਦਾ ਨਾਮ ਨਹੀਂ ਮੈਨੂੰ ਤੀਜਾ ਪਤਾ ਕੀਰਤ ਸਿਉਂ ਉਹ ਕਨੇਡਾ ਜਾ ਰਿਹਾ ਹਾਂਜੀ ਹਾਂ ਅਤੇ ਜਿਹੜਾ ਖੁਦ ਕੀਰਤ ਸਿਉਂ ਦੱਸਿਆ ਮੈਨੂੰ ਹੁਣ ਅਤੇ ਉਹ ਇੱਥੇ ਜਿਹੜਾ ਉਹਦੇ ਘਰ ਆ ਗਏ ਮਾਸਟਰ ਨਹੀਂ ਆ ਨਹੀਂ ਉਹ ਦੂਸਰੇ ਆਪਣੇ ਕਾਕਾ